ਮਾਮਲਾ ਇਹੀ ਹੈ ਜੀ, ਇਹ ਕੁੱਟਮਾਰ ਕਰਦਾ ਅੱਧੀ ਰਾਤ ਨੂੰ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿੱਚ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਕੇ ਸਾਰਾ ਸਮਾਨ ਰਾਖ ਕਰ ਦਿੱਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਜਪਾਲ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਤੀ ਬਲਕਾਰ ਸਿੰਘ ਨੇ ਘਰ ਨੂੰ ਅੱਗ ਲਗਾ ਦਿੱਤੀ। ਰਾਜਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਸੰਬੰਧ ਕਿਸੇ ਹੋਰ ਔਰਤ ਨਾਲ ਹੈ, ਜਿਸ ਕਾਰਨ ਉਸ ਦੇ ਘਰ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਰਾਜਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦੂਸਰੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ, ਇਸ ਲਈ ਉਸ ਨੇ ਦਾਜ ਦਾ ਸਾਰਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ। 9 ਵਜੇ ਸਾਡੀ ਲੜਾਈ ਹੋਈ, ਮੈਨੂੰ ਕਹਿੰਦਾ ਦਾਲ ਧਰ, ਮੈਂ ਕਿਹਾ ਮੈਂ ਕਾਹਦੀ ਦਾਲ ਧਰ, 0 ਪੈਸਾ ਨਹੀਂ ਧੇਰਲਾ ਨਹੀਂ ਦਿੰਦਾ, ਸਾਰਾ ਦਿਨ ਤੂੰ ਤਾਂ ਹੱਸਦੇ ਰਹਿਣਾ ਹੈਗਾ, ਅੱਗੇੜੇ ਨੇ ਤੂੰ ਮੈਨੂੰ ਚਾਹ ਕਹਿ ਦੇਣਾ, ਚਾਹ ਕਰ, ਮੈਂ ਕਿੱਥੋਂ ਚਾਹ ਕਰਾਂ, ਕੰਮ ਧੰਦਾ ਮੈਂ ਕਰਦੀ ਹਾਂ, ਗੋਹਾ ਕੂੜਾ ਸਿੱਟਦੀ ਹਾਂ, ਅਤੇ ਮੁੜ ਕੇ ਸ਼ਰਾਬ ਉਹੀ ਸ਼ਰਾਬ ਪੀ ਲੈਂਦਾ ਹੈਗਾ, ਜਿਹੜੇ ਪੈਸੇ ਸੀ ਕੋਈ ਕਮਾਉਣੀਆਂ 2 ਰੁਪਈਏ, ਮੁੜ ਕੇ ਹਾਂ ਲੜਦਾ ਲੜਦਾ ਤਾਂ ਮੇਰਾ ਮੂੰਹ ਘੁੱਟ ਲਿਆ, ਗਲ ਘੁੱਟ ਲਿਆ, ਮੈਂ ਦਵਾ ਦਵਾ ਛੜਾਇਆ ਅਤੇ ਛੜਾ ਕੇ ਜਦੋਂ ਤੁਰਨ ਲੱਗੀ ਅਤੇ ਪੈਟਰੋਲ ਪਾਤਾ ਇਹਨੇ ਸਮਾਨ ਅਤੇ ਨਾਲੇ ਮੇਰੇ 'ਤੇ ਪਾਉਂਦਾ ਸੀਗਾ, ਅਤੇ ਮੈਂ ਕੁੜੀ ਦੀ ਬਾਂਹ ਫੜੀ, ਦਵਾ ਦਵਾ ਕੰਧ ਟੱਪ ਗਈ, ਕੁੜੀ ਦੀ ਬਾਂਹ ਫੜ ਕੇ ਮੈਂ ਕਿਹਾ ਪੁੱਤ ਆ ਜਾ ਆਪਣੇ ਚੱਲ ਗਈ, ਮੈਂ ਕਿਹਾ ਆਪਾਂ ਨੂੰ ਵੀ ਮਚਾ ਦੂਗਾ, ਸਾਨੂੰ ਕਹਿੰਦਾ ਤੁਹਾਡਾ ਵੀ ਕੰਡਾ ਕੱਢਣਾ ਨਾਲ, ਅਤੇ ਮੈਂ ਕੁੜੀ ਦੀ ਜਦੋਂ ਬਾਂਹ ਫੜੀ ਭੱਜ ਗਈ ਅਤੇ ਮੁੜ ਕੇ ਅੱਗ ਲਾ ਕੇ ਅਤੇ ਆਪ ਟੱਪ ਗਿਆ। ਨਾਲੇ ਕਹਿੰਦਾ ਮੈਂ 20,000 ਪੁਲਿਸ ਵਾਲਿਆਂ ਨੂੰ ਦਿੱਤਾ, ਮੇਰਾ ਕੀ ਕਰ ਦੇਣਾ। ਇਸ ਘਟਨਾ ਬਾਰੇ ਜਦੋਂ ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਘਰ ਆਏ ਅਤੇ ਮਾਂ ਅਤੇ ਧੀ ਨੂੰ ਅੱਗ ਵਿੱਚ ਸੜਨ ਤੋਂ ਬਚਾਇਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਕਥਿਤ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਲੜਦੇ ਲੜਦੇ ਇਹ ਜਦੋਂ ਰੌਲਾ ਪਾਉਂਦੀ ਹੈ, ਮੂੰਹ ਘੁੱਟ ਲੈਂਦਾ, ਗਲ ਘੁੱਟ ਕੇ ਬਹਿ ਜਾਂਦਾ ਉੱਤੇ, ਅਸੀਂ ਛਡਾਉਂਦੇ ਹਾਂ, ਸਾਨੂੰ ਵੀ ਵਿੱਚ ਇਹ ਕਹਿ ਦਿੰਦਾ ਇਹਨਾਂ ਦੀ ਮਦਦ ਆ, ਠੀਕ ਹੈ, ਇਹ ਆਸਮੇ ਕਿ ਜਦੋਂ ਲੜ ਕੇ ਕਹਿ ਦਿੰਦਾ ਮੈਂ ਉਹ ਬੁੜੀ ਨੂੰ ਰੱਖਣਾ ਗਾ ਜਿਹੜੀ ਨਾ ਮੈਂ ਵੀ ਪਹਿਲਾਂ ਰਹਿਣਾ ਗਾ, ਉਸ ਤੋਂ ਬਿਨਾਂ ਮੇਰਾ ਕੋਈ ਲਾਭ ਨਹੀਂ ਤੇਰੇ ਨਾਲ, ਮੇਰਾ ਸਬੂਤ ਨਹੀਂ ਰਹਿ ਸਕਦਾ, ਉਹਦਾ ਨਾਂ ਰਮਨਦੀਪ ਕੌਰ ਹੈ, ਰਮਨਦੀਪ ਨੂੰ ਰੱਖਣਾ ਹੈ, ਫਖਰ ਸਾਹਿਬ ਸੈੜੀ ਦੀ ਉਹ, ਸਾਡਾ ਉਹਦੇ ਨਾਲ ਕੋਈ ਇਹ ਲਿੰਕ ਨਹੀਂ ਗਾ, ਇਹਦੇ ਨਾਲ ਸੰਬੰਧ ਸਾਡਾ ਹੈਗਾ। ਭਾਰਤ ਸੰਦੇਸ਼ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵਿੜਿੰਗ ਦੀ ਰਿਪੋਰਟ।